ਸਵਾਗਤ ਆ ਮਿੱਤਰਾਂ ਤੁਹਾਡਾ ਆਪਣੀ ਵੀਡੀਓ ਦੇ ਵਿੱਚ। ਅੱਜ ਆਪਾਂ ਵੱਢਣੀਆਂ ਕਣਕ, ਅਤੇ ਇੱਧਰ ਗੁਰਤੇਜ ਨਟ ਵਗੈਰਾ ਕੱਸ ਰਿਹਾ ਗਾ ਟਰਾਲੀ ਦੇ, ਮੂਹਰੇ ਜਾਲੀ ਕੱਸੀ ਹੈਗੀ। ਉਦੋਂ ਅਨੰਦਪੁਰ ਵੇਲੇ ਮੂਹਰਲਾ ਪੱਲਾ ਖੋਲ੍ਹਿਆ ਹੋਇਆ ਸੀਗਾ, ਅਤੇ ਇੱਧਰ ਕੰਬਾਈਨ ਰੈਡੀ ਖੜੀ ਹੈ ਜੀ ਜਮਾਂ ਬਿਲਕੁਲ। ਚੱਲਦੇ ਹਾਂ ਬਸ ਖੇਤ ਨੂੰ, ਹੁਣ ਵੱਢਦੇ ਹਾਂ ਜੀ ਕਣਕ। ਦੇਖੋ ਜੀ ਕਣਕ 50-55 ਕੁ ਮਣ ਦਾ ਝਾੜ ਲਾਇਦਾ, ਬਾਕੀ ਲੱਗੂ ਪਤਾ ਬਾਅਦ 'ਚ। ਆਪਾਂ 3.5 ਕਿੱਲੇ ਅਤੇ ਕਨਾਲ ਥਾਂ ਉੱਤੇ ਆ, ਇੰਨਾ ਥਾਂ ਵੱਢਿਆ ਗਾ ਅਤੇ ਜਿਹਦੇ 'ਚ ਆਪਣਾ ਇਹ 12-6.5 ਟਰਾਲਾ ਗਾ ਬੈੱਡ ਲੱਗਿਆ ਵਾ, ਦਿਖਾਉਣਿਆ ਤੁਹਾਨੂੰ। ਇਹਦੇ ਵਿੱਚ 200 ਮਾਣਾ ਕੁ ਕਣਕ ਪੈ ਜਾਂਦੀ ਆ, ਅਤੇ TC ਵੀ ਆਪਣੀ ਗੱਡੀ ਹੋਈ ਹੈਗੀ, ਅਤੇ ਪਿਛਲੇ ਸਾਲ ਇਹ 4 ਕਿੱਲਿਆਂ 'ਚੋਂ ਭਰਿਆ ਸੀਗਾ, 4 ਕਿੱਲਿਆਂ ਨਾਲ ਫੁੱਲ ਹੋਇਆ ਸੀਗਾ।
ਐਤਕੀ ਝਾੜ ਜਿਹੜਾ 50 ਮਣ ਤੋਂ ਉੱਤੇ ਹੋਊਗਾ। ਅਤੇ ਇੱਧਰ ਆਪਣੇ ਸ਼੍ਰੀਮਾਨ ਸੰਤ ਬਾਬਾ ਭੋਰੇ ਵਾਲਿਆਂ ਦੀ ਤੂੜੀ ਵਾਲੀ ਮਸ਼ੀਨ ਹੈਗੀ ਜੋ ਗਊਸ਼ਾਲਾ ਦੇ ਵਿੱਚ ਆਈ ਹੈਗੀ ਅਤੇ ਆਪਾਂ ਨਗਦ ਦਿੱਤਾ ਹੈਗਾ ਗਊਸ਼ਾਲਾ ਨੂੰ ਅਤੇ ਵੀਰ ਤੂੜੀ ਬਣਾਉਣਾ ਹੈ ਗਾਈਆਂ ਗਾਈਆਂ ਲਈ ਤੂੜੀ ਮੁੱਕ ਗਈ ਸੀਗੀ ਅਤੇ ਹੁਣ ਆਪਾਂ ਜਿਹੜੀ ਮਸ਼ੀਨ ਹੈਗੀ ਉੱਧਰ ਨਾਲੇ ਗੁਆਣੇ 'ਚ ਚਲਾਈ ਹੈ। ਸਾਢੇ 4 ਕਿੱਲੇ ਆਪਾਂ ਵੱਢੇ ਅੱਜ ਹੋਰ ਬਸ ਆਪਾਂ ਕੰਮ ਵੱਢਾਂਗੇ ਕੱਲ੍ਹ ਤੇ ਗਾ ਬਾਈ ਕਰ ਰਹੇ ਹਾਂ ਟਰਾਲੀ ਖਾਲੀ ਲਾ ਰਹੇ ਹਾਂ ਕਣਕ। ਵੀਡੀਓ ਵਧੀਆ ਲੱਗੀ ਤਾਂ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ। ਥੈਂਕਸ ਫੋਰ ਵਾਚਿੰਗ।